ਸਾਨੂੰ ਬਹੁਤ ਦੁਖੀ ਦੁੱਖ ਨਾਲ ਦੱਸਿਆ ਜਾਂਦਾ ਵੀ ਸਾਡਾ ਕਨੈਕਟਰ ਗੁਰੂਦੇਵ ਜੋ ਕਿ ਬੱਸ ਵਿੱਚ ਪਿਆ ਸੀ ਉਹ ਮੱਚ ਕੇ ਉਹਦੀ ਡੈਥ ਹੋ ਚੁੱਕੀ ਹੈ, ਮੌਤ ਹੋ ਚੁੱਕੀ ਹੈ। ਸਾਨੂੰ ਇੱਕ ਬੰਦੇ ਦੀ ਬੋਡੀ ਵੀ ਮਿਲੀ ਹੈ ਜਿਹਨੂੰ ਅਸੀਂ ਅਜੇ ਰਾਮਪੁਰਾ ਮੋਰਚਰੀ ਵਿੱਚ ਸ਼ਿਫਟ ਕਰ ਰਹੇ ਹਾਂ। ਅੱਜ ਅੱਜ ਭਗਤਾ ਭਾਈਕਾ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਬੱਸਾਂ ਖੜ੍ਹਦੀਆਂ ਸੀ ਅਤੇ ਇੱਥੇ ਤਿੰਨ ਬੱਸਾਂ ਮਾਲਵਾ ਵਾਲਿਆਂ ਦੀਆਂ, ਦੋ ਬੱਸਾਂ ਨੁਕਸਾਨੀਆਂ ਗਈਆਂ। ਹੁਣੇ ਹੁਣੇ ਬਠਿੰਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਕਸਬਾ ਭਗਤਾ ਭਾਈਕਾ ਵਿਖੇ ਦੇਰ ਰਾਤ ਬੱਸ ਸਟੈਂਡ 'ਚ ਖੜੀਆਂ ਤਿੰਨ ਪ੍ਰਾਈਵੇਟ ਬੱਸਾਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਸ ਅੱਗ ਦੇ ਲਪੇਟ ਦੇ ਵਿੱਚ ਇੱਕ ਵਿਅਕਤੀ ਵੀ ਆ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਨੂੰ ਬਹੁਤ ਦੁਖੀ ਦੁੱਖ ਨਾਲ ਦੱਸਿਆ ਜਾਂਦਾ ਵੀ ਸਾਡਾ ਕਨੈਕਟਰ ਗੁਰੂਦੇਵ ਜੋ ਕਿ ਬੱਸ ਵਿੱਚ ਪਿਆ ਸੀ ਉਹ ਮੱਚ ਕੇ ਉਹਦੀ ਡੈਥ ਹੋ ਚੁੱਕੀ ਹੈ, ਮੌਤ ਹੋ ਚੁੱਕੀ ਹੈ। ਸਾਨੂੰ ਬਹੁਤ ਦੁਖੀ ਦੁੱਖ ਨਾਲ ਦੱਸਿਆ ਜਾਂਦਾ। ਸਾਡੇ ਸਾਰੇ ਭਗਤਾਂ ਭਾਈ ਦੇ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਕਿ ਸਾਨੂੰ ਅੱਗ ਬੁਝਾਉਣ ਦੇ ਵਿੱਚ ਬਹੁਤ ਮਦਦ ਕੀਤੀ। ਇਸ ਖੜੀਆਂ ਗੱਡੀਆਂ ਦੋਨੋਂ ਸੜ ਕੇ ਸਵਾਹ ਹੋ ਗਈਆਂ। ਸਾਨੂੰ ਬਹੁਤ ਦੁੱਖ ਨੁਕਸਾਨ ਕਿ ਸਾਡੇ ਇੱਕ ਕਨੈਕਟਰ ਦੀ ਮੌਤ ਹੋ ਚੁੱਕੀ ਹੈ ਜੋ ਕਿ ਮੂਹਰਲੀ ਸੀਟ 'ਤੇ ਸੁੱਤਾ ਪਿਆ ਸੀ। ਗੱਡੀਆਂ ਨੂੰ ਦੋ ਤਾਂ ਵੱਡੀਆਂ ਗੱਡੀਆਂ ਜੀ ਨਿਊ ਮਾਲਵਾ ਪਾਸਿਆਂ ਸੜ ਚੁੱਕੀਆਂ ਅਤੇ ਇੱਕ ਮਿੰਨੀ ਬੱਸ ਮੂਹਰੇ ਖੜ੍ਹੀ ਸੀ GVS ਉਹ ਵੀ ਸੜ ਕੇ ਸਵਾਹ ਹੋ ਚੁੱਕੀ ਹੈ। ਇੱਕ ਜਲਾਲ ਬੱਸ ਦਾ ਮੂਹਰਲਾ ਹਿੱਸਾ ਜਮ੍ਹਾਂ ਨੁਕਸਾਨਿਆ ਗਿਆ। ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਇਸ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਪੁਲਿਸ ਅਧਿਕਾਰੀ ਨੇ ਹੀ ਇੱਕ ਬੰਦੇ ਦਾ ਨੁਕਸਾਨ ਹੋ ਗਿਆ ਜਿਹੜਾ ਬੱਸ ਦੇ ਅੰਦਰ ਪਿਆ ਸੀਗਾ। ਇੱਕ ਮਿੰਨੀ ਬੱਸ ਸੀਗੀ ਉਹਨਾਂ ਦੇ ਅੱਗੇ ਖੜ੍ਹੀ ਸੀਗੀ। ਇੱਕ ਬੱਸ ਨੂੰ ਪਹਿਲਾਂ ਅੱਗ ਲੱਗੀ ਸੀ ਜਿਹਦੇ 'ਚ ਬੰਦਾ ਪਿਆ ਸੀਗਾ, ਉਸ ਤੋਂ ਅੱਗ ਫੈਲ ਕੇ ਨਾਲ ਦੀ ਦੂਸਰੀਆਂ ਬੱਸਾਂ ਤੋਂ ਆ ਗਈਆਂ। ਮੌਕੇ 'ਤੇ ਸਰਕਾਰੀ ਫਾਇਰ ਬ੍ਰਿਗੇਡ ਔਰ ਕੋਠਾ ਗੁਰੂ ਆਪਣੀ ਸਤਿਕਾਰ ਕਮੇਟੀ ਦੀ ਫਾਇਰ ਬ੍ਰਿਗੇਡ ਅਤੇ ਭਗਤਾ ਭਾਈਕਾ ਦੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ IPS ਦਰਪਣ ਵਾਲੀਆਂ ਨੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ, ਆਓ ਸੁਣਦੇ ਹਾਂ। ਅੱਜ 10:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਬੱਸ ਸਟੈਂਡ 'ਤੇ ਭਗਤਾ ਭਾਈਕਾ ਤਿੰਨ ਬੱਸਾਂ, ਦੋ ਆਪਣਾ ਨਿਊ ਮਾਲਵਾ ਦੀਆਂ ਅਤੇ ਇੱਕ ਸਾਡੀ ਮਿੰਨੀ ਬੱਸ ਹੈਗੀ ਹੈ ਗੋਲਡਨ ਦੀ, ਉਹਨਾਂ ਨੇ ਅੱਗ ਫੜ ਲਈ ਅਤੇ ਇੱਥੇ ਤਿੰਨ ਫਾਇਰ ਟੈਂਡਰ ਆਏ ਨੇ। ਅਜੇ ਅੱਗ ਅੰਡਰ ਕੰਟਰੋਲ ਹੈਗੀ ਹੈ ਅਤੇ ਅਨਫੋਰਚੁਨੇਟਲੀ ਸਾਨੂੰ ਇੱਕ ਬੰਦੇ ਦੀ ਬੋਡੀ ਵੀ ਮਿਲੀ ਹੈ ਜਿਹਨੂੰ ਅਸੀਂ ਅਜੇ ਰਾਮਪੁਰਾ ਮੋਰਚਰੀ ਵਿੱਚ ਸ਼ਿਫਟ ਕਰ ਦਿੱਤਾ ਗਿਆ। ਬਾਕੀ ਦੀ ਅਸੀਂ ਕਾਰਵਾਈ ਅਜੇ ਜਾਰੀ।